ਇੱਕ ਨਾ ਤੂੰ ਦੱਸੀ ਅੜਿਆ ਮਾਂ ਮੇਰੀ ਨੂੰ, ਇੱਕ ਨਾ ਤੂੰ ਦੱਸੀ ਅੜਿਆ ਮਾਂ ਮੇਰੀ ਨੂੰ, ਰੋਵੇਗੀ ਗੁੱਡੀਆਂ ਪਟੋਲੇ ਦੇਖ ਕੇ, ਉੱਡਦਾ ਤੇ ਜਾਵੀਂ ਕਾਵਾਂ ਬੈਂਦੜਾ ਜਾਵੀਂ ਵੇ, ਬੈਂਦੜਾ ਜਾਵੀਂ ਮੇਰੇ ਪੇਕੜੇ ਨਾਰਮ। ਦਿਲ ਲੱਗੀ ਤੋ ਰੋਟੀ ਹੈ ਔਰ ਵੋ ਰੋਜ਼ੀ ਰੋਟੀ ਤੱਕ ਪਹੁੰਚਣੇ ਕਾ ਇੱਕ ਰਾਸਤਾ ਹੈ। ਸੁਗਮ ਸੰਗੀਤ ਹੈ ਜਾਂ ਰੂਹਦਾਰੀ ਵਾਲਾ ਜੋ ਸੰਗੀਤ ਹੈ ਵੋ ਸਾਰਾ ਵੋ ਰਾਸਤਾ ਹੈ। ਜੈਸੇ ਜੈਸੇ ਬੰਦੇ ਕੋ ਕਾਮ ਤੋ ਕੋਈ ਕਰਨਾ ਹੀ ਪੜਤਾ ਹੈ ਮਗਰ ਉਸਕੇ ਪਿੱਛੇ ਕਈ ਜਰਨੀ ਬਹੁਤ ਜ਼ਿਆਦਾ ਲੰਬੀ ਹੋਤੀ ਹੈ। ਤੋ ਮੇਰੇ ਖਿਆਲ ਸਿਰਫ ਮੰਜ਼ਿਲ ਸੇ ਬੰਦੇ ਕੀ ਜਰਨੀ ਕਾ ਯਾਤਰਾ ਕਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਏ। ਸੋ ਅਬ ਮੈਂ ਕੋਸ਼ਿਸ਼ ਕਰ ਰਹਾ ਹੂੰ ਲੋਕੋ ਕੋ ਬਤਾਨੇ ਕੀ ਕੋਸ਼ਿਸ਼ ਕਰ ਰਹਾ ਹੂੰ ਕਿ ਮੰਜ਼ਿਲ ਤੱਕ ਪਹੁੰਚਣੇ ਕਾ ਰਾਸਤਾ ਕਿਆ ਥਾ। ਯੇ ਮੈਨੇ ਅਭੀ ਸ਼ੁਰੂ ਕੀਆ ਲੋਕੋ ਤੱਕ ਪਹੁੰਚਣੇ ਕਾ ਜਾਂ ਪਹੁੰਚਾਨੇ ਕਾ, ਤੋ ਇਸਕਾ ਮਜ਼ਾ ਵੀ ਆ ਰਹਾ ਹੈ। ਇਸਕੀ ਇਸ ਜਰਨੀ ਕੋ ਵੀ ਮੁਝੇ ਲਗਤਾ ਹੈ ਕਿ ਮੰਜ਼ਿਲ ਮਿਲ ਰਹੀ ਹੈ। ਮੈਨੇ ਜਬ ਸੇ ਹੋਸ਼ ਸੰਭਾਲਾ ਹੈ ਮੈਂ ਸੋਚਤਾ ਥਾ ਮੈਨੇ ਸਿੰਗਰ ਬਣਨਾ। ਮੈਨੇ ਕਭੀ ਕੁਛ ਸੋਚਾ ਨਹੀਂ ਹੈ। ਬਹੁਤ ਸਾਰੇ ਇੰਟਰਵਿਊਸ ਕਭੀ ਕਹਤੇ ਕਿ ਅਗਰ ਆਪ ਸਿੰਗਰ ਨਹੀਂ ਹੋਤੇ ਤੋ ਆਪ ਕਿਆ ਹੋਤੇ, ਤੋ ਮੈਂ ਕਹਤਾ ਮੈਂ ਸਿੰਗਰ ਹੋਤਾ। ਤੋ ਬੀਚ ਮੇ ਮਤਲਬ ਇੱਕ ਸਾਲ ਕੇ ਲੀਏ ਮੈਂ ਸ਼ਾਇਦ ਉਸ ਟਾਈਮ ਚਲਾ ਗਿਆ ਥਾ ਪੁਲਿਸ ਕੀ ਨੌਕਰੀ ਕਰਨੇ ਕੇ ਲੀਏ, ਵੋ ਵੀ ਸੰਗੀਤ ਕੇ ਸਾਥ ਰਿਲੇਟਡ ਥੀ ਇਸ ਲਈ ਪੁਲਿਸ ਕੀ ਨੌਕਰੀ ਕਰਨੇ ਚਲਾ ਗਿਆ ਥਾ। ਤੋ ਮੇਰੇ ਖਿਆਲ ਮੈਂ ਜਬ ਸੇ ਮੈਨੇ ਮੁਝੇ ਹੋਸ਼ ਹੈ ਮੈਂ ਸਿੰਗਰ ਬਣਨਾ ਚਾਹਤਾ। ਤੋ ਇਸਕਾ ਮਤਲਬ ਮਿਊਜ਼ਿਕ ਜੋ ਹੈ ਵੋ ਮੇਰੇ ਸਾਥ ਸਾਥ ਟਰੈਵਲ ਕਰਨਾ ਸ਼ੁਰੂ ਕਰ ਦਿਆ ਥਾ ਮਿਊਜ਼ਿਕ ਨੇ। ਪਾਂਚਵੀਂ ਕਲਾਸ ਮੇ ਥਾ ਜਬ ਵੋ ਬਾਲਵਾੜੀ ਸਭਾ ਜੋ ਹੋਤੀ ਹੈ ਉਸਮੇ ਮੈਨੇ ਯਸ਼ੁਮਤੀ ਮਈਆ ਸੇ ਬੋਲੇ ਨੰਦ ਲਾਲਾ ਰਾਧਾ ਗੋਰੀ, ਉਸ ਟਾਈਮ ਪਤਾ ਵੀ ਨਹੀਂ ਹੋਤਾ ਥਾ ਕਿ ਇਸਕਾ ਮਤਲਬ ਕਿਆ ਹੈ। ਤੋ ਮੈਂ ਇਸ ਲਈ ਇਹ ਗਾਣਾ ਗਾਤਾ ਥਾ ਕਿਉਂਕਿ ਮੁਝੇ ਪਿੰਡ ਮੇ ਜੱਸੂ ਬੋਲਤੇ ਥੇ। ਤੋ ਮੁਝੇ ਮੈਂ ਉਹ ਯਸ਼ੁਮਤੀ ਮਈਆ ਜੋ ਉਹ ਸਾਊਂਡ ਕੇ ਸਾਥ ਰਿਲੇਟ ਕਰਤਾ ਥਾ, ਪਤਾ ਵੀ ਨਹੀਂ ਥਾ ਕਿ ਯੇ ਕਿਨਕਾ ਨਾਮ ਹੈ ਕੌਣ ਪੈਗੰਬਰ ਹੈ ਜਿਨਕਾ ਨਾਮ ਹੈ। ਮੁਝੇ ਲਗਤਾ ਕਿ ਮੇਰੀ ਮਾਂ ਜੋ ਥੀ ਵੈਸੀ ਮਾਂ ਦੁਨੀਆ ਮੇ ਨਹੀਂ ਹੈ, ਯੇ ਪੱਕੀ ਬਾਤ ਹੈ। ਮੈਂ ਬਹੁਤ ਬਹੁਤ ਲੋਕੋ ਕੋ ਮਿਲਤਾ ਹੂੰ, ਯੇ ਮੈਂ ਕੰਡੈਮ ਨਹੀਂ ਕਰ ਰਹਾ ਕਿ ਬਾਕੀ ਮਾਂ ਜੋ ਹੋਤੀ ਹੈ ਵੋ ਅੱਛੀ ਨਹੀਂ ਹੋਤੀ, ਪਰ ਵੋ ਇੱਕ ਸਪੈਸ਼ਲ ਮਾਂ ਥੀ। ਮੈਂ ਇਸ ਇੱਕ ਸਭਸੇ ਪਹਿਲੇ ਯੇ ਬਾਤ ਬਤਾਤਾ ਹੂੰ ਆਪਕੋ ਕਿ ਜਬ ਵੋ ਪਿੰਡ ਮੇ ਥੀ ਜਬ ਪਾਂਚਵੀਂ ਛੱਟੀ ਦਸਵੀਂ ਕਲਾਸ ਮੇ ਮੈਂ ਉਨਕੇ ਸਾਥ ਵੋ ਕਰਤਾ ਥਾ, ਤੋ ਵੋ ਬਾਤੇ ਮੁਝੇ ਆਜ ਯਾਦ ਆਤੀ ਹੈ ਜੋ ਮੈਂ ਜਬ ਬੋਂਬੇ ਆਤਾ ਹੂੰ ਬਹੁਤ ਬੜੀ ਇਲੀਟ ਕਲਾਸ ਮੇ ਬੈਠਤਾ ਹੂੰ ਬੜੇ ਸੋ ਕਾਲ ਕਈ ਲੋਕੋਕੇ ਸਾਥ ਵੀ ਬੈਠਤਾ ਹੂੰ, ਮਗਰ ਮੁਝੇ ਆਪਣੀ ਮਾਂ ਕੀ ਬਾਤੇ ਯਾਦ ਆਤੀ ਹੈ ਕਿ ਵੋ ਰਿਲੇਟਡ ਥੀ, ਵੋ ਬੜੀ ਇੰਟਰਨੈਸ਼ਨਲ ਬਾਤੇ ਕਰਤੀ ਥੀ। ਵੋ ਉਸ ਟਾਈਮ ਪੇ ਬੋਲਤੀ ਥੀ ਕਿ ਕਿਸੀ ਕੋ ਜੱਜ ਨਹੀਂ ਕਰਨਾ, ਮਤਲਬ ਜੱਜ ਨਹੀਂ ਕਰਨਾ ਤਾਂ ਨਹੀਂ ਆਤਾ ਥਾ ਉਨਕੋ, ਮਤਲਬ ਵੋ ਕਹਿਤੇ ਥੇ ਕਿ ਮੈਂ ਕਹਿਤਾ ਥਾ ਦੇਖੋ ਜਾਂ ਕੋਈ ਔਰਤ ਜਾਂ ਕੋਈ ਮੇਰੀ ਬਹਿਨ ਜਾਂ ਕੋਈ ਇਹ ਬੋਲਤੇ ਥੇ ਕਿ ਵੋ ਉਸਨੇ ਐਸੇ ਬੋਲਾ, ਤਾਂ ਉਹ ਕਹਿਤੇ ਥੇ ਕੋਈ ਨਹੀਂ ਉਸਕੀ ਕੋਈ ਪ੍ਰੋਬਲਮ ਹੋਈ ਹੋਏਗੀ, ਤੋ ਵੋ ਸਿਚੁਏਸ਼ਨ ਕੋ ਉਸ ਟਾਈਮ ਪੇ ਵੀ ਸਮਝਤੀ ਥੀ। ਮਤਲਬ ਇੱਕ ਨਾ ਦਾਤਰੀ ਹਮਾਰੇ ਹੋਤੀ ਜੋ ਜਿਸਸੇ ਚਾਰਾ ਕਾਟਤੇ ਹੈ ਉਸਕੋ ਦਾਤਰੀ ਬੋਲਤੇ ਹੈ, ਦਾਤੀ ਬੋਲਤੇ ਹੈ। ਵੋ ਮੈਨੇ ਵੋ ਵੀ ਕਈ ਵਾਰ ਮਾਰ ਦਿੱਤੀ ਥੀ, ਉਹ ਮਤਲਬ ਸਿੱਧੀ ਨਹੀਂ ਉਹ ਚਪਟੀ ਕਰਕੇ ਮਾਰਦੀ ਥੀ, ਉਹ ਪੂਰੇ ਨਿਸ਼ਾਨ ਪੜ ਜਾਂਦੇ ਥੇ ਪੂਰੇ ਦਾਤਰੀ ਕੇ। ਉਹ ਜੈਸੇ ਭੈਂਸ ਕੇ ਵੀ ਕਈ ਵਾਰ ਉਸਕੋ ਰੋਕਣੇ ਕੇ ਲਈ ਵੀ ਮਾਰਦੀ ਥੀ। ਹਮੇ ਮੁਝੇ ਵੀ ਬਹੁਤ ਬਹੁਤ ਮਾਰਾ ਹੈ ਮਾਂ ਨੇ। ਗਾਣੇ ਕੇ ਬਾਰੇ ਮੇ ਗਾਣੇ ਕੇ ਅਦਬ ਕੇ ਬਾਰੇ ਮੇ ਮੁਝੇ ਲਗਤਾ ਹੈ ਮੁਝੇ ਕਾਫੀ ਪਤਾ ਹੈ, ਔਰ ਮੈਨੇ ਬਹੁਤ ਸਾਰੇ ਗੁਰੂ ਔਰ ਬਹੁਤ ਸਾਰੇ ਜੋ ਉਸਤਾਦ ਜੀ ਹੈ ਉਨਕੇ ਸਾਥ ਸੰਗਤ ਕੀ ਹੈ, ਔਰ ਅਭੀ ਵੀ ਕਰਤਾ ਹੂੰ, ਅਭੀ ਵੀ ਉਨਕੀ ਸੇਵਾ ਕਰਤਾ ਹੂੰ, ਅਭੀ ਵੀ ਉਨਕੋ ਮਿਲਤਾ ਹੂੰ ਜਾ ਕੇ ਉਨਕੇ ਪੈਰ ਦਬਾਤਾ ਹੂੰ, ਔਰ ਕੁਛ ਚੀਜ਼ੇ ਜੋ ਹੈ ਮੈਂ ਲੇਤਾ ਰਹਿਤਾ ਹੂੰ, ਔਰ ਮੁਝੇ ਅੱਛਾ ਲਗਤਾ ਹੈ ਕਿ ਮੁਝੇ ਬੋਲਣਾ ਨਹੀਂ ਪੜਤਾ ਉਨਕੋ ਕਿ ਮੁਝੇ ਕੁਛ ਚੀਜ਼ੇ ਦੋ, ਵੋ ਮੁਝੇ ਆਟੋਮੈਟਿਕਲੀ ਵੋ ਚੀਜ਼ੇ ਜੋ ਹੈ ਵੋ ਮੁਝੇ ਦੇਤੇ ਹੈ, ਉਸ ਬਿਹੇਵ ਸੇ ਕਹਿ ਲਓ ਜਾਂ ਉਸ ਪਿਆਰ ਸੇ ਉਸ
और सारा दिन फिर मैं वो उसको रियाज करता रहता हूँ। एक तो स्टाइल की अगर बात करें तो मैं, मेरा जो बड़े लोग पूछते हैं कि आपका स्टाइल क्या है, तो मैं कहता हूँ कि मेरा यही स्टाइल है कि मेरा कोई स्टाइल ही नहीं है, मैं गो विद फ्लो जाता हूँ। मुझे जो दिल करता है कि आज ऐसे पहनना है वो पहन लेता हूँ। मैं वैसे डॉग्स से बहुत डरता हूँ, बहुत ज़्यादा। मतलब मेरी वो भी बहुत कहानियाँ हैं कि मैं बहुत ज़्यादा डरता हूँ। मुझे हैक्की के अलावा मुझे हमेशा लगता है कि ये मुझे काटेगा, पर हैक्की मुझे कभी नहीं लगता कि वो मुझे काटेगा। उससे मैं प्यार करता हूँ बहुत, और वो मुझे बड़ा, एक्चुअली वो मुझे ज़्यादा प्यार करता है। और उसको पता चलता है जब मैं बाय बोलता हूँ तो वो मुझे, मेरी तरफ देखता नहीं है। उसको पता चलता है कि ये 4-5 दिन के लिए बाहर जाएगा। अभी डॉग्स के बारे में उनकी जो सिंसेरिटी है, बाबा भुले शाह ने कैसा डिस्क्राइब किया है, राती जागे करे इबादत, राती जागण कुत्ते तैथी उत्ते, मालिक दा दर मूल ना छड़ दे, पावे सौ सौ मारे जुते तैथी उत्ते, सारी रात पौंक दिया लंघ दी, दिन जा रूड़ी ते सुते तैथी उत्ते, हाँ चल बुलिया उठ पीर मना ले, चल बुलिया उठ पीर मना ले, नहीं तो बाजी ले गए कुत्ते तैथी उत्ते।